ਪਠਾਨਕੋਟ ਦੇ ਵਿੱਚ ਸਰਹੱਦੀ ਇਲਾਕੇ 'ਚ ਸ਼ੱਕੀ ਗੱਡੀ ਦੇਖੇ ਜਾਣ ਦੇ ਨਾਲ ਪੁਲਿਸ ਅਲਰਟ 'ਤੇ ਹੈ। ਹਾਲਾਂਕਿ ਪੁਲਿਸ ਨੇ ਸਕਾਰਪੀਓ ਗੱਡੀ ਤਾਂ ਬਰਾਮਦ ਕਰ ਲਈ ਹੈ, ਪਰ ਗੱਡੀ ਸਵਾਰ ਗੱਡੀ ਛੱਡ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਏ। ਪਠਾਨਕੋਟ ਪੁਲਿਸ ਨੂੰ ਸੂਚਨਾ ਮਿਲੀ ਕਿ ਪਠਾਨਕੋਟ ਦੇ ਬਮਿਆਲ ਬਾਰਡਰ 'ਤੇ ਪੁਲਿਸ ਦਾ ਨਾਕਾ ਤੋੜ ਕੇ ਸਫੈਦ ਰੰਗ ਦੀ ਇੱਕ ਸਕਾਰਪੀਓ ਗੱਡੀ ਆ ਰਹੀ ਹੈ। ਫਿਰ ਕੀ ਸੀ, ਪਠਾਨਕੋਟ ਪੁਲਿਸ ਅਲਰਟ 'ਤੇ ਅਤੇ ਸਰਹੱਦ ਦੇ ਸਾਰੇ ਇਲਾਕੇ ਨੂੰ ਹਾਈ ਅਲਰਟ ਕਰ ਦਿੱਤਾ ਗਿਆ, ਨਾਲ ਹੀ ਬਾਕੀ ਏਜੰਸੀਆਂ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਗਈ ਕਿ ਗੱਡੀ ਜਿਵੇਂ ਹੀ ਬਮਿਆਲ ਬਾਰਡਰ ਵੱਲ ਵਧੇ ਇਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਵੋ। ਗੱਡੀ ਸਾਨੂੰ ਮਿਲੀ, ਅਸੀਂ ਉਹਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਪਰ ਉਹ ਪਿੰਡਾਂ ਦੇ ਵਿੱਚੋਂ ਹੁੰਦੀ ਹੋਈ ਜਦੋਂ ਉਹਨੇ ਦੇਖਿਆ ਕਿ ਪੁਲਿਸ ਦਾ ਦਬਾਅ ਸਾਰੇ ਪਾਸੇ ਪੈ ਗਿਆ। ਇਹ ਪਿੰਡ ਮੱਖਣਪੁਰ ਜਿੱਥੇ ਅਸੀਂ ਇਸ ਵੇਲੇ ਖੜ੍ਹੇ ਹਾਂ, ਇੱਥੇ ਰਸਤੇ 'ਚ ਗੱਡੀ ਖੜ੍ਹੀ ਕਰਕੇ ਜੰਗਲਾਤ 'ਚ ਅਤੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਉਹ ਫਿਰ ਦਰਿਆ ਵੱਲ ਭੱਜ ਗਏ ਸੀਗੇ। ਹਨੇਰੇ ਦਾ ਫਾਇਦਾ ਲੈ ਕੇ ਭੱਜ ਗਿਆ, ਕੋਸ਼ਿਸ਼ ਕਰਦੇ ਵੀ ਆਪਾਂ ਇਹਨਾਂ ਨੂੰ ਫੜ ਲਵਾਂਗੇ। ਗੱਡੀ ਦੀ ਸਪੀਡ ਬਹੁਤ ਜ਼ਿਆਦਾ ਸੀ, ਬਾਰਡਰ ਦੇ ਇਲਾਕੇ ਦਾ ਕੱਚਾ ਰਸਤਾ ਸੀ, ਗੱਡੀ ਇੰਨੀ ਧੂੜ ਉਡਾ ਰਹੀ ਸੀ ਕਿ ਅੱਗੇ ਦੇਖ ਪਾਉਣਾ ਪੁਲਿਸ ਦੇ ਲਈ ਮੁਸ਼ਕਿਲ ਹੋ ਰਿਹਾ ਸੀ। ਪਰ ਫਿਰ ਵੀ ਪੁਲਿਸ ਨੇ ਗੱਡੀ ਦਾ 2 ਘੰਟੇ ਤੱਕ ਪਿੱਛਾ ਕਰਦੇ ਹੋਏ ਉਸ ਨੂੰ ਕਬਜ਼ੇ 'ਚ ਲੈ ਲਿਆ। ਇਸ ਦੇ ਨਾਲ ਹੀ ਪੁਲਿਸ ਨੇ ਬਾਕੀ ਸਾਰੇ ਇਲਾਕਿਆਂ ਨੂੰ ਅਲਰਟ ਕਰ ਦਿੱਤਾ ਅਤੇ ਨਾਕੇ ਵਧਾ ਦਿੱਤੇ, ਪਰ ਉਦੋਂ ਤੱਕ ਗੱਡੀ ਛੱਡ ਕੇ ਸ਼ੱਕੀ ਫਰਾਰ ਹੋ ਚੁੱਕੇ ਸਨ। ਗੱਡੀ ਦੀ ਛਾਣਬੀਣ ਤੋਂ ਬਾਅਦ ਪਤਾ ਚੱਲਿਆ ਕਿ ਗੱਡੀ ਜੰਮੂ ਦੇ ਵਿਜੇਪੁਰ ਤੋਂ ਕੁਝ ਦਿਨ ਪਹਿਲਾਂ ਖੋਈ ਗਈ ਸੀ, ਜਿਸ ਦੀ ਭਾਲ ਜੰਮੂ ਪੁਲਿਸ ਕਰ ਰਹੀ ਸੀ। ਗੱਡੀ ਦੀ ਨੰਬਰ ਪਲੇਟ ਵੀ ਫਰਜ਼ੀ ਲੱਗੀ ਹੋਈ ਸੀ। ਹਾਲਾਂਕਿ ਪੁਲਿਸ ਨੇ ਗੱਡੀ ਦੀ ਅਸਲੀ ਨੰਬਰ ਪਲੇਟ ਗੱਡੀ ਦੇ ਅੰਦਰ ਤੋਂ ਹੀ ਬਰਾਮਦ ਕਰ ਲਈ ਹੈ। ਪੂਰੀ ਰਾਤ ਸਰਚ ਆਪਰੇਸ਼ਨ ਚੱਲਦਾ ਰਿਹਾ ਅਤੇ ਹੁਣ ਵੀ ਜਾਰੀ ਹੈ। ਪੁਲਿਸ ਨੂੰ ਭਾਲ ਹੈ ਉਹਨਾਂ ਸ਼ੱਕੀਆਂ ਦੀ ਜੋ ਸਰਹੱਦ ਦੇ ਇਲਾਕੇ 'ਚ ਨਾ ਜਾਣੇ ਕਿਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ। ਅਜੇ ਮਹਾਜਨ, ਜ਼ੀ ਮੀਡੀਆ, ਪਠਾਨਕੋਟ।